ਮੇਰਾ ਨਾਂ ਅਰਮਾਨ ਆ, ਪੰਡੋਰੀ ਮੁਹੱਲੇ ਦਾ ਰਹਿਣ ਵਾਲਾ ਜੀ। ਇਹ ਆਪਣੇ ਗਰਾਊਂਡ ਵਿੱਚ ਖੇਡਦੇ ਪਏ ਸੀ ਅਸੀਂ ਦੁਪਹਿਰੇ 2 ਵਜੇ। ਉਦੋਂ ਪਹਿਲਾਂ ਕੁੱਟਮਾਰ ਚਪੇੜਾ ਮਾਰ ਕੇ ਗਏ, ਇਹਨਾਂ ਕੋਲ ਪਿਸਟਲ ਸੀ ਅਤੇ ਬਾਅਦ ਵਿੱਚ ਆਏ ਰਾਤ ਨੂੰ, ਉਹਨਾਂ ਨੂੰ ਸਬਰ ਨਹੀਂ ਆਇਆ। ਬਾਅਦ ਵਿੱਚ ਫੇਰ ਆਏ ਰਾਤ ਨੂੰ ਕੁੱਟਣ ਆਏ, ਤੇਜ਼ ਤਾਰ ਹਥਿਆਰ ਲੈ ਕੇ ਸਨ। ਇਹਨਾਂ ਕੋਲ ਪਿਸਟਲ ਸੀ ਨਾਲ। ਕਿੰਨੇ ਕੁ ਵਿਅਕਤੀ ਸੀ ਇਹਨਾਂ ਤੁਹਾਡੇ ਤੇ ਹਮਲਾ ਕੀਤਾ? 40-50 ਬੰਦੇ ਸੀ। ਕੋਈ ਪੁਰਾਣੀ ਰੰਜਿਸ਼ ਚੱਲਦੀ ਵੀ ਤੁਹਾਡੀ ਕਿਸੇ ਨਾਲ, ਹੋਰ ਨਹੀਂ ਬੰਦਿਆਂ ਨਹੀਂ ਨਾਲ? ਨਹੀਂ, ਕਿਸ ਗੱਲ ਨੂੰ ਲੈ ਗਿਆ ਜੀ ਉਹਨਾਂ ਤੁਹਾਡੇ ਤੇ ਹਮਲਾ ਕੀਤਾ, ਕੋਈ ਪਤਾ ਹੈ? ਫੋਨ ਤੇ ਗੱਲਬਾਤ ਕੋਈ ਹੋਈ ਸੀ? ਗੱਲਬਾਤ ਹੋਈ 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 ਉਹਨਾਂ? ਫੋਨ ਤੇ ਗਾਲੀ ਗਲੋਚ ਹੋਇਆ ਸੀ ਭਾਈ, ਕਹਿੰਦੇ ਤੇਰੇ ਮਾਰਨੀਆਂ, ਜਿੱਥੇ ਤੈਨੂੰ ਟੱਕਰਿਆ ਤੈਨੂੰ ਕੁੱਟਣਾ ਵਾ, ਜੇ ਆ ਵੋ ਆ, ਮਾਰ ਦੇਣਾ ਤੈਨੂੰ, ਤੇਰੇ ਗੋਲੀਆਂ ਮਾਰਨੀਆਂ, ਜੇ ਆ ਜੋ ਵੋ ਤੁਹਾਡੇ ਆ। ਤੇ ਹਮਲਾ ਕਰਨ ਆਏ ਸੀ ਉਹ ਲੋਕ ਕਿੰਨੇ ਜਣੇ ਸੀ ਘਰੇ? ਕੋਈ ਹੈਗਾ ਜੀ, ਕੋਈ ਹੋਰ ਵੀ? ਮੇਰੀ ਸਿਸਟਰ ਸੀ, ਮੰਮੀ ਪਾਪਾ ਗਏ ਪਏ ਇੱਥੇ ਫਿਰੋਜ਼ਪੁਰ ਗਏ ਹੋਏ ਆ, ਮੇਰੀ ਇਕੱਲੀ ਸਿਸਟਰ ਸੀ ਘਰੇ ਦੇ ਨਾਲ ਭਾਜੀ ਸੀ, ਤੇ ਉਹਨਾਂ ਨੂੰ ਵੀ ਗਾਲੀ ਗਲੋਚ ਕਰਕੇ ਗਏ, ਉਹਨਾਂ ਦੇ ਵੀ ਪਏ ਗਲ ਗੁਲ, ਸਾਡੇ ਵੀ ਆ ਦੇਖੋ। ਹੋਮ ਪ੍ਰਸ਼ਾਸਨ ਤੋਂ ਕੋਈ ਮੰਗ ਕਰਨੀ ਚਾਹੁੰਦੇ? ਇਨਸਾਫ ਚਾਹੀਦਾ। ਪੁਲਿਸ ਨੂੰ ਇਤਲਾਹ ਕੀਤੀ ਤੇ ਪਹੁੰਚੇ? ਪੁਲਿਸ ਨੂੰ ਫੋਨ ਲਾਇਆ ਭਾਈ, ਲਾਇਆ ਫੋਨ ਤੇ ਉਹ ਨਹੀਂ ਪਹੁੰਚੇ। ਘੰਟਾ ਅੱਧਾ ਘੰਟਾ ਫੋਨ ਲਾਉਂਦੇ ਰਹੇ, ਉਹ ਵੀ ਨਹੀਂ ਪਹੁੰਚੇ। ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਬਚਾਇਆ। ਸਤਨਾਮ ਸਿੰਘ ਆ ਜੀ, ਮੈਂ ਪੰਡੂਰੀ ਮੁਹੱਲੇ ਦਾ ਰਹਿਣ ਵਾਲਾ ਹਾਂ। ਮੇਰੇ ਯਾਰ ਦੋਸਤ ਨੂੰ ਇੱਦਾਂ ਮਾਰਨ ਗਏ, ਪਹਿਲਾਂ ਇਹਨਾਂ ਦੱਸਿਆ ਮੈਨੂੰ, ਮੈਂ ਉਦੋਂ ਨਾਲ ਹੀ ਸੀਗੇ ਅਸੀਂ, ਤੇ ਵੀ ਇੱਦਾਂ ਇਹਨੇ ਮਾਰ ਗਏ, ਤੇ ਉਹਨਾਂ ਨੂੰ ਸਬਰ ਨਹੀਂ ਆਇਆ। ਕੱਲ ਰਾਤ ਨੂੰ ਆ ਗਏ, ਫਿਰ ਹੁਣ ਅੱਗੇ ਥੋੜੇ ਟਾਈਮ ਦਾ ਹੋ ਗਿਆ ਹਨਾ ਸਮਾਂ, ਇਹਨਾਂ ਦੇ ਚਲੋ ਘਰੇ ਸੀਗੇ ਹਨਾ, ਜੀਜਾ ਇਹਦਾ ਆਇਆ ਸੀ ਤੇ ਭੈਣ ਇਹਦੀ ਆਈ ਸੀਗੀ, ਇਹਨੂੰ ਤੇਜ਼ ਧਾਰ ਹਥਿਆਰਾਂ ਨਾਲ ਉਹਨਾਂ ਨੇ ਤੇ ਵਾਰ ਕੀਤਾ, ਮੈਂ ਛਡਾਉਣ ਪਿਆ ਹਨਾ, ਮੇਰੇ ਵੀ ਤੇਜ਼ ਧਾਰ ਹੱਥਾਂ ਨਾਲ ਮੇਰੇ ਟੈਂਕੇ ਟਾਂਕੇ ਲੱਗੇ ਪਏ ਆ ਭਾਜੀ, ਦੇਖੋ ਆਹ ਦੇਖੋ ਮੇਰੀਆਂ ਬਾਹਾਂ ਤੇ ਟਾਂਕੇ ਲੱਗੇ ਪਏ ਹਨਾ। ਚਲੋ ਮੈਂ ਕਿਹਾ ਸੀ ਚਲੋ ਆਪਾਂ ਛਡਾਉਂਦੇ ਆ, ਉਹਨਾਂ ਨੇ ਪਿਸਤੌਲ ਦਿਖਾਈ ਭਾਈ ਨੋਕ ਤੇ ਹਨਾ, ਪਿਸਤੌਲ ਦੀ ਤੇ ਤੁਹਾਨੂੰ ਗੋਲੀ ਮਾਰ ਦਾਂਗੇ, ਐਂ ਕਰ ਦਾਂਗੇ, ਜਿਉਂ ਕਰ ਦਾਂਗੇ, ਕੋਈ ਪੁਰਾਣੀ ਰੰਜਿਸ਼ ਨਹੀਂ ਭਾਈ ਹੈਗੀ ਹਨਾ, ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਭਾਈ। ਹੁਣ ਪੰਜਾਬ ਪੁਲਿਸ ਨੂੰ ਫੋਨ ਲਾਉਂਦੇ ਰਹੇ, ਸਾਡੇ ਮੁਹੱਲੇ ਦੀਆਂ ਜਨਾਨੀਆਂ ਨੇ ਸਾਨੂੰ ਭਾਜੀ ਬਚਾਇਆ ਵਾ ਹਨਾ, ਸਾਨੂੰ ਕਿੱਥੇ ਸਾਨੂੰ ਉਹਨਾਂ ਨੂੰ ਬਚਾਉਣਾ ਚਾਹੀਦਾ, ਕਿੱਥੇ ਉਹ ਸਾਨੂੰ ਬਚਾਉਣੀਆਂ ਪਈਆਂ, ਕਿੱਦਾਂ ਦਾ ਜ਼ਮਾਨਾ ਆ ਗਿਆ ਵਾ। ਅਸੀਂ ਇਹ ਮੰਗ ਕਰਨਾ ਚਾਹੁੰਦੇ ਹਾਂ ਵੀ ਜੇ ਘਰਾਂ ਦੇ ਵਿੱਚ ਵੜ ਕੇ ਲੋਕਾਂ ਨੂੰ ਕੁੱਟਣ ਲੱਗ ਪਏ ਤੇ ਫਿਰ ਅਸੀਂ ਅੰਦਰਾਂ ਦੇ ਵਿੱਚ ਪਲੱਛਾਂ ਵਿੱਚ ਥੋੜਾ ਹੁਣ ਲੋਕ ਕੇ ਬਹਿਣ, ਅਸੀਂ ਵੀ ਤਾਂ ਕੁਛ ਨਾ ਕੁਛ ਕਰਾਂਗੇ ਹੀ। ਹੁਣ ਅਸੀਂ ਬਾਹਰ ਜਾਣ ਜੋਗੇ ਨਹੀਂ, ਮੰਨ ਲਓ ਹੁਣ ਉਹ ਇਹ ਵੀ ਕਹਿ ਕੇ ਗਿਆ ਵੀ ਰਾਤ ਨੂੰ ਤੜਤੇ ਹੀ ਤੁਹਾਨੂੰ ਅਸੀਂ ਦੇਖਾਂਗੇ, ਐਂ ਕਰਾਂਗੇ, ਜਿਉਂ ਕਰਾਂਗੇ, ਇੱਕ ਵਾਰੀ ਤੇ ਚਲੋ ਮੁਹੱਲੇ ਵਾਲਿਆਂ ਨੇ ਛਡਾ ਲਿਆ ਵਾ, ਤੇ ਹੁਣ ਰਾਤ ਨੂੰ ਅਸੀਂ ਕੀ ਕਰਾਂਗੇ? ਹਾਂ ਹਾਲੇ ਤੱਕ ਫੋਨ ਕਰਦੇ, ਹਜੇ ਤੱਕ ਗਾਲੀ ਗਲੋਚ ਉਹਨੂੰ ਵਿਚਾਰੇ ਨੂੰ ਕਰਦੇ ਆ, ਤੇ ਉਹਦੇ ਇੰਨੀਆਂ ਸੱਟਾਂ ਵੀ ਲਾ ਗਏ, ਉਹਦੇ ਨਲਾਂ ਤੇ ਸੱਟਾਂ ਲਾ ਗਏ ਆ, ਤੇ ਜੇ ਉਹ ਮਰ ਜਾਂਦਾ ਤਾਂ ਫਿਰ ਉਹਦਾ ਉਹ ਤਾਂ ਸੀਰੀਅਸ ਹਾਲਤ ਵਿੱਚ ਪਿਆ ਵਾ, ਉੱਥੋਂ ਤਾਂ ਬੋਲਿਆ ਨਹੀਂ ਜਾਂਦਾ ਪਿਆ, ਬੰਦਾ ਪੁੱਛੇ ਕੀ ਕਰੂਗਾ ਬੰਦਾ। ਪੰਜਾਬ ਪੁਲਿਸ ਜੇ ਉੱਥੋਂ ਚੜ੍ਹਾਈ ਤੋਂ ਥੱਲੇ ਉਤਰ ਕੇ ਗੱਡੀ ਵਾਰ ਸਕਦੀ ਮੁਹੱਲੇ, ਉੱਥੇ ਨਹੀਂ ਆ ਸਕਦੇ ਤੇ ਫਿਰ ਗਾਂ ਇਹ ਬਾਹਰ ਕਿੱਥੇ ਜਾਂਦੇ ਹੋਣਗੇ? ਕੋਈ ਬਾਹਰ ਨਹੀਂ ਇਹ ਜਾਂਦੇ ਹੋਣੇ, ਕੋਈ ਗੱਲਬਾਤ ਨਹੀਂ ਲੈਣਾ ਨਹੀਂ ਦੇਣਾ ਨਹੀਂ, ਤੇ ਗੱਲਾਂ ਕਰਨ ਨੂੰ ਤਗੜੇ ਆ, ਪਾਰਕ ਵਿੱਚ ਬੰਦੇ ਭਾਉਣ ਨੂੰ ਉੱਥੋਂ ਤਗੜੇ ਆ, ਬਸ ਠੀਕ ਠਾਕ ਆ। ਪੰਡੂਰੀ ਮੁਹੱਲੇ 2 ਮਰੀਜ਼ ਆਏ ਆ, ਉਹ 2 ਮਰੀਜ਼ ਐਡਮਿਟ ਹੋਏ ਐਮਰਜੈਂਸੀ ਦੇ ਵਿੱਚ, ਦੋਨਾਂ ਦੇ ਆਪਾਂ ਪਰਚੇ ਕੱਟਦੇ ਹੈਗੇ ਆ, ਟ੍ਰੀਟਮੈਂਟ ਆਪਾਂ ਸ਼ੁਰੂ ਕਰਤਾ ਉਹਨਾਂ ਦਾ, ਤੇ ਇਨਫੋਰਮੇਸ਼ਨ ਜਿਹੜੀ ਪੁਲਿਸ ਨੂੰ ਭੇਜਤੀ ਆ, ਦੋਨਾਂ ਨੂੰ ਐਡਮਿਟ ਕੀਤਾ ਗਿਆ ਫਿਲਹਾਲ ਦੀ ਘੜੀ। ਕੀ ਨਾਮ ਹੈ ਦੋਨਾਂ ਦੇ? ਇੱਕ ਦਾ ਨਾਮ ਹੈਗਾ ਆ ਸਤਨਾਮ ਸਿੰਘ ਤੇ ਦੂਸਰੇ ਦਾ ਨਾਮ ਅਰਮਾਨ ਹੈ, ਦੋਨੇ ਅਰਾਊਂਡ 20-25 ਸਾਲ ਦੇ ਏਜ ਦੇ ਵਿੱਚ ਹੈਗੇ ਨੇ। ਹੁਣ ਇੱਥੇ ਇਲਾਜ ਦੇ ਨਹੀਂ ਹੈ ਜਾਂ ਫਿਲਹਾਲ ਇੱਥੇ ਇਲਾਜ ਦੇ ਵੀ ਹੈਗੇ ਨੇ, ਤੇ ਪੁਲਿਸ ਨੂੰ ਇਨਫੋਰਮੇਸ਼ਨ ਭੇਜਤੀ ਆ ਕਿ